ਆਓ ਦੋਸਤੋ ਅੱਜ ਸੁਣਦੇ ਹਾਂ ਇਵਾਨ ਦੁਰਗਨੇਵ ਦੀ ਲਿਖੀ ਕਹਾਣੀ ਦੀ ਸਪੈਰੋ ਦਾ ਪੰਜਾਬੀ ਅਨੁਵਾਦ ਚਿੜੀ ਇਹ ਅਨੁਵਾਦ ਚਰਨ ਗਿਲ ਜੀ ਨੇ ਕੀਤਾ ਹੈ ਅਤੇ ਬਾਤ ਤੁਸੀਂ ਸੁਣ ਰਹੇ ਹੋ ਜਕਸੀਰ ਦੇ ਸ਼ਿਕਾਰ ਖੇਡਣ ਦੇ ਬਾਅਦ ਮੈਂ ਘਰ ਦੇ ਬਾਗ ਦੀ ਵੱਟੋਂ ਵੱਟ ਲੰਘ ਰਿਹਾ ਸੀ ਮੇਰਾ ਵਫਾਦਾਰ ਕੁੱਤਾ ਮੇਰੇ ਤੋਂ ਕੁਝ ਗਜ਼ਾ ਦੇ ਫਾਸਲੇ ਉੱਤੇ ਭੱਜਦਾ ਜਾ ਰਿਹਾ ਸੀ ਇੱਕਦਮ ਉਸਤੀ ਰਫ਼ਤਾਰ ਮੱਦਮ ਪੈ ਗਈ ਅਗਲੇ ਪੰਜਾਂ ਨੂੰ ਕੁਝ ਇਸ ਤਰ੍ਹਾਂ ਚੁੱਕਣ ਲੱਗਾ ਜਿਵੇਂ ਕਿਸੇ ਸ਼ਿਕਾਰ ਨੂੰ ਸੁਂਗ ਰਿਹਾ ਹੋਵੇ ਜਦੋਂ ਮੈਂ ਪਗਡੰਡੀ ਉੱਤੇ ਨਜ਼ਰ ਦੋੜਾਈ ਤਾਂ ਮੈਨੂੰ ਜ਼ਮੀਨ ਤੇ ਚਿੜੀ ਦਾ ਇੱਕ ਬੱਚਾ ਦਿਖਾਈ ਦਿੱਤਾ ਜਿਸ ਦੀ ਚੁੰਝੇ ਦਰਦ ਤੇ ਸਿਰ ਲੁੜਕਿਆ ਹੋਇਆ ਸੀ ਇਹ ਆਪਣੇ ਹਾਲ ਨੇ ਵਿੱਚੋਂ ਡਿੱਗ ਪਿਆ ਸੀ ਅੱਜ ਹਵਾ ਬਹੁਤ ਤੇਜ਼ ਚੱਲ ਰਹੀ ਸੀ ਤੇ ਪਗਡੰਡੀ ਦੇ ਆਲੇ-ਦੁਆਲੇ ਲੱਗੇ ਹੋਏ ਦਰਖਤ ਜ਼ੋਰ-ਜ਼ੋਰ ਨਾਲ ਹਿੱਲ ਰਹੇ ਸਨ ਮਾਸੂਮ ਬੋਟ ਚੁੱਪਚਾਪ ਜ਼ਮੀਨ ਉੱਤੇ ਪਿਆ ਸੀ ਉੱਡਣ ਲਈ ਆਪਣੇ ਛੋਟੇ-ਛੋਟੇ ਖੰਭ ਫਲਾਉਂਦਾ ਸੀ ਪਰ ਇੰਨੀ ਤਾਕਤ ਨਹੀਂ ਸੀ ਕਿ ਉਡਾਰੀ ਭਰ ਸਕੇ ਮੇਰਾ ਕੁੱਤਾ ਉਸ ਦੀ ਤਰਫ ਆਹستہ ਆਹستہ ਜਾ ਰਿਹਾ ਸੀ ਕਿ ਅਚਾਨਕ ਨੇੜੇ ਦੇ ਦਰਖਤ ਤੋਂ ਇੱਕ ਕਾਲੀ ਛਾਤੀ ਵਾਲੀ ਜਿਹੜੀ ਕੁੱਤੇ ਦੇ ਬੂਥੇ ਦੇ ਇੱਕਦਮ ਅੱਗੇ ਕਿਸੇ ਪੱਥਰ ਦੀ ਤਰ੍ਹਾਂ ਆ ਡਿੱਗੀ ਅਤੇ ਤਰਜੋਗ ਅਤੇ ਦਿਲ ਟੁੰਬਵੀ ਚੀਂ-ਚੀਂ ਝੁੰ-ਝੁੰ ਜਾ-ਜਾਂਦੇ ਨਾਲ ਕੁੱਤੇ ਦੇ ਚਮਕਦੇ ਦੰਦਾ ਵਾਲੇ ਖੁੱਲੇ ਜਬਾੜਿਆਂ ਦੀ ਦਿਸ਼ਾ ਵਿੱਚ ਫੜਫੜਾਉਣ ਲੱਗੀ ਉਸ ਦਿਨਨ ਨਹੀਂ ਜਾਨ ਡਰ ਦੇ ਮਾਰੇ ਕੰਬ ਰਹੀ ਸੀ ਉਸ ਦੀ ਆਵਾਜ਼ ਪਰੜਾ ਗਈ ਅਤੇ ਉਪਰੀ ਜਹੀ ਹੋ ਗਈ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬੋਟ ਲਈ ਆਪਣੀ ਜਾਨ ਦਾਤੇ ਲਾ ਦਿੱਤੀ ਸੀ ਉਸ ਨੂੰ ਕੁੱਤਾ ਕਿੰਨਾ ਭਿਆਨਕ ਦਰਿੰਦਾ ਨਜ਼ਰ ਆਇਆ ਹੋਵੇਗਾ ਫਿਰ ਵੀ ਐਚਡੀ ਆਪਣੀ ਉੱਚੀ ਸੁਰੱਖਿਅਤ ਜਗ੍ਹਾ ਤੇ ਬੈਠੀ ਨਾ ਰਹਿ ਸਕੀ ਆਪਣੇ ਆਪ ਨੂੰ ਬਚਾਏ ਰੱਖਣ ਦੀ ਇੱਛਾ ਤੋਂ ਕਿਸੇ ਵੱਡੀ ਤਾਕਤ ਨੇ ਉਸ ਨੂੰ ਉੱਥੋਂ ਉਤਰਨੇ ਮਜਬੂਰ ਕਰ ਦਿੱਤਾ ਸੀ ਮੇਰੇ ਕੁੱਤੇ ਨੇ ਉਸ ਦੀ ਤਾਕਤ ਨੂੰ ਪਛਾਣ ਲਿਆ ਸੀ ਜਿੱਦੂ ਨੂੰ ਇਸ ਤਰ੍ਹਾਂ ਕੁਰਬਾਨ ਹੁੰਦੇ ਵੇਖ ਕੇ ਉਹ ਠਿੱਕਿਆ ਤੇ ਇੱਕ ਪਾਸੇ ਹਟ ਗਿਆ ਮੈਂ ਉਸ ਨੂੰ ਆਪਣੇ ਵੱਲ ਇਸ਼ਾਰੇ ਨਾਲ ਸੱਦ ਲਿਆ ਤੇ ਅਸੀਂ ਸਨਮਾਨਪੂਰਵਕ ਅੱਗੇ ਤੁਰ ਗਏ ਹਾਂ ਹ ਹ ਹ ਸੋਨਾ ਮੇਰੇ ਵਿੱਚ ਉਸ ਨੰਨੀ ਬਹਾਦਰ ਚਿੜੀ ਪ੍ਰਤੀ ਉਸ ਦੇ ਪਿਆਰ ਦੇ ਵੇਖ ਪ੍ਰਤੀ ਸ਼ਰਧਾ ਉਤਪੰਨ ਹੋਈ ਮੈਂ ਸੋਚ ਰਿਹਾ ਸੀ ਪਿਆਰ ਮੌਤ ਅਤੇ ਮੌਤ ਦੇ ਡਰ ਤੋਂ ਕਿਤੇ ਵੱਧ ਤਾਕਤਵਰ ਹੈ ਅਤੇ ਸਿਰਫ ਪਿਆਰ ਹੀ ਅਜਿਹੀ ਚੀਜ਼ ਹੈ ਜਿਸ ਤੇ ਜੀਵਨ ਟਿਕਿਆ ਹੋਇਆ ਹੈ ਤੇ ਜੋ ਇਸ ਨੂੰ ਅੱਗੇ ਤੋਰ ਰਹੀ ਹੈ ਦੋਸਤੋ ਏਸੀ ਇਵਾਨ ਦੁਰਗਨੇਵ ਦੀ ਲਿਖੀ ਇੱਕ ਛੋਟੀ ਜਿਹੀ ਕਹਾਣੀ ਜਿਸ ਪੈਰੋ ਦਾ ਪੰਜਾਬੀ ਅਨੁਵਾਦ ਜਿਹੜੀ ਇਹ ਅਨੁਵਾਦ ਚਰਨ ਗਿਲਜ ਨੇ ਕੀਤਾ ਹੈ ਅਤੇ ਆਵਾਜ਼ ਤੁਸੀਂ ਸੁਣ ਰਹੇ ਸੀ ਜਗਸੀਰ ਤੇ